ਅਸਲਾਮ ਅਲੈਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਔਰ ਅੱਜ ਮੈਂ ਪਹੁੰਚਿਆ ਵਾਂ ਬਹੁਤ ਹੀ ਪਿਆਰੀ ਜਗ੍ਹਾ ਦੇ ਉੱਤੇ। ਹਸਬੇ ਵਾਦਾ ਤੁਹਾਡੇ ਨਾਲ ਵਾਦਾ ਕੀਤਾ ਸੀ ਕਿ ਮੈਂ ਐਸੀ ਜਗ੍ਹਾ ਤੇ ਲੈ ਕੇ ਆਵਾਂਗਾ ਜਿਹੜੀਆਂ ਜਗ੍ਹਾ ਘੱਟ ਲੋਕ ਦਿਖਾਉਂਦੇ ਨੇ, ਮੈਂ ਸਿਰਫ ਉਸ ਜਗ੍ਹਾ ਦੇ ਉੱਤੇ ਤੁਹਾਨੂੰ ਲੈ ਕੇ ਜਾਵਾਂਗਾ। ਜੀ ਹਾਂ, ਮੈਂ ਪੰਜਾਬ ਦਾ ਬਹੁਤ ਪਿਆਰਾ ਸ਼ਾਇਰ ਜਿਹਦਾ ਨਾਮ ਸੀ ਸ਼ਿਵ ਕੁਮਾਰ ਬਟਾਲਵੀ, ਮੈਂ ਅੱਜ ਬੜੇ ਪਿੰਡ ਜਰਪਾਲ ਦੇ ਵਿੱਚ ਪਹੁੰਚਿਆ ਵਾਂ, ਸ਼ਿਵ ਕੁਮਾਰ ਬਟਾਲਵੀ ਦੇ ਪਿੰਡ 'ਚ ਪਹੁੰਚਿਆ ਵਾਂ। 1936 23 ਜੁਲਾਈ 1936 ਦੇ ਵਿੱਚ ਪੰਜਾਬੀ ਸੁਰਮਾ ਇੱਥੇ ਜੰਮਦਾ ਹੈ, ਇਸ ਗਲੀ ਦੇ ਵਿੱਚੋਂ ਉੱਠ ਕੇ ਔਰ 1965 ਦੇ ਵਿੱਚ ਆਪਣੇ ਕੈਰੀਅਰ ਦਾ ਆਗਾਜ਼ ਕਰਦਾ ਐਜ਼ ਏ ਪੋਇਟ, ਐਜ਼ ਏ ਰਾਈਟਰ, ਐਜ਼ ਏ ਡਰਾਮਾ ਨਿਗਾਰ। ਮੈਂ ਕਹਾਂਗਾ ਕਿ ਬਹੁਤ ਛੋਟੀ ਜਿਹੀ ਉਮਰ ਦੇ ਵਿੱਚ ਇੰਨਾ ਅਰੂਜ ਪਾਉਣਾ ਹਰ ਬੰਦੇ ਦੇ ਬਸ ਦੀ ਗੱਲ ਨਹੀਂ ਸੀ, ਔਰ ਉਸ ਵੇਲੇ ਇਹ ਜਗ੍ਹਾ ਮੈਂ ਤੁਹਾਨੂੰ ਥੋੜ੍ਹਾ ਜਿਹਾ ਇਹਦਾ ਜੀਓਗ੍ਰਾਫਿਕਲੀ ਦੱਸਦਾ ਚੱਲਾਂ ਕਿ ਕਦੀ ਇਹ ਡਿਸਟ੍ਰਿਕਟ ਗੁਰਦਾਸਪੁਰ, ਤਹਿਸੀਲ ਬਟਾਲਾ ਔਰ ਅੰਬਾਲਾ ਦੋਨੋਂ ਹੀ ਤਹਿਸੀਲਾਂ ਨਜ਼ਦੀਕ ਨਜ਼ਦੀਕ ਲੱਗਦੀਆਂ ਸਨ ਇਸ ਜਗ੍ਹਾ ਦੇ। ਅੱਜ ਕੱਲ੍ਹ ਤਹਿਸੀਲ ਸ਼ਕਰਗੜ੍ਹ ਔਰ ਡਿਸਟ੍ਰਿਕਟ ਨਾਰੋਵਾਲ ਜਿਹੜੀ ਹੈ ਉਹ ਇਸ ਜਗ੍ਹਾ ਦੇ ਨਾਲ ਅਟੈਚ ਹੈ। ਔਰ ਮੈਂ ਕਹਾਂਗਾ ਕਿ ਧੰਨ ਭਾਗ ਸਾਡੇ ਕਿ ਅਸੀਂ ਸ਼ਿਵ ਜੀ ਦੇ ਪਿੰਡ ਅੱਜ ਪਹੁੰਚੇ, ਔਰ ਸ਼ਿਵ ਜੀ ਦੇ ਪਿੰਡ ਆ ਕੇ ਜਿਹੜਾ ਮੈਂ ਉਹਨਾਂ ਦਾ ਘਰ ਜਿਹੜਾ ਬੜਾ ਪਿੰਡ ਹੈ, ਗਲਤ ਮੈਨਸ਼ਨ ਕੀਤਾ ਗਿਆ ਕਿ ਵੀ ਉਹਨਾਂ ਦਾ ਜਿਹੜਾ ਪਿੰਡ ਹੈ ਉਹ ਬੜਾ ਪਿੰਡ ਔਰ ਨਾਲ ਕੁਛ ਹੋਰ ਲਾਇਆ ਜਾਂਦਾ ਸੀ, ਲੇਕਿਨ ਇਹ ਪਿੰਡ ਜਿਹੜਾ ਇਹਦਾ ਨਾਮ ਬੜਾ ਪਿੰਡ ਜਰਪਾਲ, ਇਹ ਬੜਾ ਪਿੰਡ ਜਰਪਾਲ ਦੇ ਅੰਦਰ ਇਹਨਾਂ ਦੇ 1, 2 ਔਰ 3 ਇਹ ਘਰ ਉਹਨਾਂ ਦੇ ਅਬਾਈ ਘਰ ਸੀ, ਯਾਨੀ ਕਿ ਉਹਨਾਂ ਦਾ ਆਪਣਾ ਘਰ, ਉਹਨਾਂ ਦੇ ਤਾਏ ਚਾਚਿਆਂ ਦਾ ਘਰ, ਕੁਛ ਏਰੀਆ ਘਰ ਦਾ ਜਿਹੜਾ ਉਹ ਡਿਮੋਲਿਸ਼ ਕਰਕੇ ਨਵਾਂ ਬਣਾਇਆ ਗਿਆ, ਕਿਉਂਕਿ ਅਨੁਸਾਰ ਹਰ ਇਨਸਾਨ ਦਾ ਹੱਕ ਹੈ ਜਦੋਂ ਇੱਕ ਚੀਜ਼ ਬਸੀਦਾ ਹੋ ਜਾਂਦੀ ਹੈ, ਖਰਾਬ ਹੋ ਜਾਂਦੀ ਹੈ, ਤਾਂ ਉਹਨੂੰ ਢਾ ਕੇ ਦੁਬਾਰਾ ਬਣਾਉਣਾ ਪੈਂਦਾ ਹੈ। ਇਸੇ ਤਰ੍ਹਾਂ ਸ਼ਿਵ ਉਹਨਾਂ ਦਾ ਘਰ ਵੀ ਜਿਹੜਾ ਸੀ ਉਹ ਇੱਥੇ ਲਿਖਿਆ ਹੋਇਆ ਸੀ ਉੱਤੇ, ਸ਼ਿਵ ਇਸ ਜਗ੍ਹਾ ਦੇ ਉੱਤੇ ਸਾਹਮਣੇ ਉੱਤੇ ਲਿਖਿਆ ਹੋਇਆ ਸੀ, ਸ਼ਿਵ ਇੱਥੇ ਲਿਖਿਆ ਹੋਇਆ ਸੀ, ਔਰ ਇੱਕ ਦਰਵਾਜ਼ਾ ਇਹ ਸੀ ਉਹਨਾਂ ਦੇ ਘਰ ਦਾ। ਇਹ 3 ਦਰਵਾਜ਼ੇ ਟੋਟਲ ਸਨ। ਮੈਂ ਕਹਾਂਗਾ ਕਿ ਅਗਰ ਗੱਲ ਕੀਤੀ ਜਾਵੇ ਅੱਜ ਦਿਨ ਚੜਿਆ ਤੇਰੇ ਰੰਗ ਵਰਗਾ, ਠੀਕ ਹੈ, ਇੱਕ ਰਾਤ ਦੇ ਨਿੰਦਰੇ ਨੇ ਮਾਰਿਆ ਅਤੇ ਦੂਜੀ ਮੇਰੀ ਅੱਖ ਕਾਸ਼ਨੀ, ਤਮਾਮ ਸੋਹਣੇ ਸੋਹਣੇ ਲਿਖੇ ਹੋਏ ਜਿਹੜੇ ਅੱਖਰ ਸਨ ਉਹ ਸਾਰੇ ਦੇ ਸਾਰੇ ਇਸ ਪੰਜਾਬੀ ਪੁੱਤਰ ਦੇ, ਜਿਹਨਾਂ ਦੇ ਮੈਂ ਘਰ ਦੇ ਦਰਵਾਜ਼ੇ ਦੇ ਉੱਤੇ, ਦਹਿਲੀਜ਼ ਦੇ ਉੱਤੇ ਖਲੋਤਾ ਆਇਆ ਵਾਂ। ਮਾਈ ਸੁਰਿੰਦਰ ਕੌਰ ਨੇ ਬਹੁਤ ਸੋਹਣੇ ਸੋਹਣੇ ਗੀਤ ਜਿਹੜੇ ਨੇ ਇਹਨਾਂ ਦੇ ਗਾਏ ਸਨ, ਔਰ ਪੰਜਾਬ ਦੇ ਵਿੱਚ ਮੈਂ ਕਹਿੰਦਾ ਕਿ ਰਹਿਣੀ ਦੁਨੀਆ ਤੱਕ, ਜਦੋਂ ਤੱਕ ਦੁਨੀਆ ਦੇ ਵਿੱਚ ਪੰਜਾਬੀ ਬੋਲਣ ਵਾਲੇ ਨੇ ਜਾਂ ਸੁਣਨ ਵਾਲੇ ਨੇ, ਉਹ ਜ਼ਰੂਰ ਮੈਂ ਕਹਾਂਗਾ ਕਿ ਉਹਨਾਂ ਨੂੰ ਯਾਦ ਰੱਖਣਗੇ 36 ਸਾਲ ਦੀ ਉਮਰ ਦੇ ਵਿੱਚ ਕਾਰ ਐਕਸੀਡੈਂਟ ਦੇ ਵਿੱਚ ਪਠਾਨਕੋਟ ਦੇ ਕੋਲ, ਇਸ ਪੂਤ ਜਿਹੜਾ ਸੀ ਪੰਜਾਬੀ ਉਹ ਦੁਨੀਆ ਫਾਨੀ ਤੋਂ ਕੂਚ ਕਰ ਗਿਆ ਸਿਰਫ 36 ਸਾਲ ਦੀ ਉਮਰ ਦੇ ਵਿੱਚ, ਔਰ ਪੰਜਾਬੀ ਅਕੈਡਮੀ ਅਵਾਰਡ ਜਿਹੜਾ ਸਤਿਆ ਅਕੈਡਮੀ ਅਵਾਰਡ ਜਿਹੜਾ ਉਹਨੂੰ ਦਿੱਤਾ ਗਿਆ ਸੀ ਉਹਦੀ ਸ਼ਾਇਰੀ ਦੇ ਉੱਤੇ। ਦੁੱਖ ਭਰੀ ਉਹਦੀਆਂ ਜਿਹੜੀਆਂ ਹਾਂ ਭਰੀਆਂ ਹੋਈਆਂ ਪੰਜਾਬੀ ਦੀਆਂ ਸਿਸਕੀਆਂ ਸਨ, ਭੱਠੀ ਵਾਲੀਏ ਚੰਬੇ ਦੀਏ ਡਾਲੀਏ ਦੁੱਖਾਂ ਦਾ ਪਰਾਗਾ ਭੁੰਨ ਦੇ, ਮੈਂ ਕਹਿੰਦਾ ਵਾਂ ਕਿਆ ਬਾਤ ਹੈ। ਇਹ ਨਿੱਕੀਆਂ ਨਿੱਕੀਆਂ ਗੱਲਾਂ ਲੈ ਕੇ ਮੈਨੂੰ ਬਹੁਤ ਜ਼ਿਆਦਾ ਸ਼ੌਕ ਸੀ ਕਿ ਮੈਂ, ਔਰ ਦੂਸਰੀ ਗੱਲ ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਸ਼ਿਵ ਕੁਮਾਰ ਬਟਾਲਵੀ ਔਰ ਮੈਂ ਦੋਨੋਂ ਸੀ ਇੱਕੀ ਮਿੱਟੀ ਦੇ ਹਾਂ। ਇੱਥੋਂ ਥੋੜ੍ਹੇ ਫਾਸਲੇ ਦੇ ਉੱਤੇ ਮੇਰਾ ਪਿੰਡ ਹੈ, ਅੱਗੇ ਚਲੇ ਜਾਓ ਮੋਲਨ ਮੋੜ ਆਉਂਦਾ ਹੈ, ਔਰ ਮੋਲਨ ਮੋੜ ਤੋਂ ਅੱਗੇ ਤੁਸੀਂ ਪਿੰਡ ਆਉਂਦਾ ਹੈ ਜਬਾਲ, ਜਬਾਲ ਦੇ ਨਾਲ ਲੱਗਦਾ ਸਠਿਆਲਾ। ਮੈਂ ਖੁਦ ਸਠਿਆਲੇ ਦਾ, ਠੀਕ ਹੈ ਜੀ, ਮੈਂ ਸਠਿਆਲੇ ਦੀ ਮਿੱਟੀ ਦਾ। ਇੱਥੋਂ ਹਾਰਡਲੀ ਅਗਰ ਦੇਖਿਆ ਜਾਏ ਤਾਂ 12 ਕਿਲੋਮੀਟਰ ਤੋਂ ਜ਼ਿਆਦਾ ਦਾ ਫਾਸਲਾ ਨਹੀਂ ਹੈ। ਇਸ ਵਾਸਤੇ ਮੈਂ ਕਹਾਂਗਾ ਸ਼ਿਵ ਕੁਮਾਰ ਬਟਾਲਵੀ ਔਰ ਮੈਂ ਜਿਹੜੇ ਹਾਂ ਅਸੀਂ ਗ੍ਰਾਈ ਬੰਦੇ ਸਾਂ, ਸਾਡਾ ਪਿੰਡ ਇੱਕ ਸੀ। ਆਓ ਅਤੇ ਤੁਹਾਨੂੰ ਥੋੜ੍ਹਾ ਜਿਹਾ ਅਸੀਂ ਅੰਦਰੋਂ ਦਿਖਾਉਂਦੇ ਹਾਂ। ਹੈ ਅਗਰ ਤੁਸੀਂ ਦੇਖੋ ਤਾਂ ਜੋਤ ਜਗਾਉਣ ਵਾਸਤੇ ਘਰ ਦੀ ਜਿਹੜੀ ਹੈ, ਇਹ ਦਿਖਾਓ ਜ਼ਰਾ, ਇਹ ਜੋਤ ਵਾਸਤੇ ਜਿਹੜੀ ਇਹ ਜਗ੍ਹਾ ਘਰ ਦੇ ਰਿਸੈਪਸ਼ਨ ਵਾਸਤੇ ਪਿੰਡਾਂ ਦੇ ਵਿੱਚ ਜਿਹੜੀ ਬਣਾਈ ਜਾਂਦੀ ਸੀ, ਉਹੀ ਪੁਰਾਣਾ ਸਟਾਈਲ ਘਰ ਦਾ ਦਰਵਾਜ਼ਿਆਂ ਦਾ, ਕਿ ਉਸੇ ਤਰ੍ਹਾਂ ਕੁੰਡੀਆਂ ਲੱਗੀਆਂ ਹੋਈਆਂ। ਮੈਂ ਕਹਾਂਗਾ ਕਮਾਲ ਕਮਾਲ ਹੀ ਹੈ। ਜੋ ਪੰਜਾਬੀ ਘਰ ਦਾ ਇੱਕ ਨਕਸ਼ਾ ਹੁੰਦਾ ਹੈ ਉਹ ਨਕਸ਼ਾ ਅੱਜ ਵੀ ਪੰਜਾਬੀ ਘਰ ਦਾ ਮੌਜੂਦ ਹੈ, ਔਰ ਮੈਂ ਕਹਾਂਗਾ ਕਿ ਇੱਥੇ ਹੀ ਕਿਤੇ ਬੈਠ ਕੇ ਕਿਸੇ ਕੋਨੇ ਖੁਦਰੇ ਦੇ ਵਿੱਚ ਸ਼ਿਵ ਜੀ ਨੇ ਲਿਖਣਾ ਸ਼ੁਰੂ ਕੀਤਾ ਹੋਏਗਾ। ਇੱਥੋਂ ਹੀ ਉਹਨਾਂ ਨੂੰ ਲੋ ਲੱਗੀ ਹੋਏਗੀ, ਜਿਹੜੀਆਂ ਉਹ ਪੰਜਾਬੀ ਦੇ ਵਿੱਚ ਗੱਲਾਂ ਕਰਦੇ ਨੇ ਜਾਂ ਪੰਜਾਬੀ ਦੀਆਂ ਜਿਹੜੇ ਗਾਣੇ ਨੇ ਜਿਨ੍ਹਾਂ ਦੇ ਵਿੱਚ ਕੁੱਟ ਕੁੱਟ ਕੇ ਪੰਜਾਬੀ ਭਰੀ ਹੋਈ ਸੀ। ਮੈਂ ਸਮਝਦਾ ਸੀ ਬੇਬੇ ਸੁਰਿੰਦਰ ਕੌਰ ਆਪਣੇ ਗਾਣੇ ਗਾਉਂਦੀਆਂ ਸਨ, ਲੇਕਿਨ ਬਾਅਦ ਦੇ ਵਿੱਚ ਪਤਾ ਲੱਗਾ
ਕਿ ਸੁਰਿੰਦਰ ਕੌਰ ਜੀ ਨੇ ਸਾਰੇ ਦੇ ਸਾਰੇ ਗੀਤ ਜਿਹੜੇ ਸਨ ਉਹਨਾਂ ਦੇ ਵਿੱਚੋਂ ਅਗਰ ਦੇਖਿਆ ਜਾਏ ਤਾਂ 60% ਗਾਣੇ ਜਿਹੜੇ ਸਨ ਉਹ ਸ਼ਿਵ ਕੁਮਾਰ ਬਟਾਲਵੀ ਦੇ ਹੀ ਉਹਨਾਂ ਨੇ ਗਾਏ ਸਨ ਔਰ ਕਿੰਨੇ ਸੋਹਣੇ ਤਰੀਕੇ ਨਾਲ ਗਾਏ ਸੀ। ਮੈਂ ਕਿਉਂ ਮੈਨੂੰ ਕਿਉਂ ਅਪਣਾਈਅਤ ਹੁੰਦੀ ਸੀ ਉਹਨਾਂ ਪੰਜਾਬੀ ਗੀਤਾਂ ਤੋਂ, ਮੈਨੂੰ ਉਹਦੀ ਅੱਜ ਸਮਝ ਆਈ ਹੈ ਕਿ ਮੈਨੂੰ ਕਿਉਂ ਖਿੱਚ ਪੈਂਦੀ ਸੀ ਉਹਨਾਂ ਪੰਜਾਬੀ ਗਾਣਿਆਂ ਤੋਂ। ਉਹ ਕੀ ਦੱਸਾਂ, 1973 ਦੇ ਵਿੱਚ 36 ਸਾਲ ਦੀ ਉਮਰ ਵਿੱਚ ਉਹ ਪੰਜਾਬੀ ਸੂਰਮਾ ਦੁਨੀਆ ਫਾਨੀ ਤੋਂ ਕੂਚ ਕਰ ਗਿਆ ਕਾਰ ਐਕਸੀਡੈਂਟ ਦੇ ਵਿੱਚ। ਮੈਂ ਕਹਾਂਗਾ ਹਿਜਰ ਦੀ ਗੱਲ ਹੋਵੇ ਜਾਂ ਵਿਛੋੜੇ ਦੀ ਗੱਲ ਹੋਵੇ ਜਾਂ ਕਿਸੇ ਪੇਨਫੁੱਲ ਰਾਈਟਰ ਜਾਂ ਸ਼ਾਇਰ ਦੀ ਗੱਲ ਹੋਵੇ, ਤਾਂ ਤੁਸੀਂ ਸ਼ਿਵ ਕੁਮਾਰ ਬਟਾਲਵੀ ਤੋਂ ਬਿਨਾਂ ਉਸ ਪੰਜਾਬੀ ਕਲਚਰ ਔਰ ਹੈਰੀਟੇਜ ਨੂੰ ਤੁਸੀਂ ਕਦੇ ਵੀ ਪੂਰਾ ਨਹੀਂ ਕਰ ਸਕਦੇ ਹੋ। ਜਿਹਦਾ ਮੈਂ ਜ਼ਿਕਰ ਕਰਦਾ ਹੁੰਦਾ ਵਾਂ ਕਿ ਮੈਂ ਪੰਜਾਬੀ, ਪੰਜਾਬੀ ਮੇਰੀ ਮਿੱਟੀ, ਔਰ ਫਿਰ ਕਹਾਂਗਾ ਮੇਰਾ ਵੰਡਿਆ ਗਿਆ ਪੰਜਾਬ ਔਰ ਮੇਰਾ ਇਹ ਕਰਦੀਆਂ ਪੌੜੀਆਂ ਇਹ ਤੁਸੀਂ ਦੇਖ ਲਓ ਉਹੀ ਸਟਾਈਲ ਹੈ ਜਿਹੜਾ ਕਿ ਕਦੀ ਪਹਿਲੇ ਇੱਟਾਂ ਔਰ ਅੱਗੇ ਲੱਕੜ ਦੇ ਨਾਲ ਪੂਰਾ ਬਣਾਇਆ ਜਾਂਦਾ ਸੀ। ਮੈਂ ਅਕਸਰ ਜਗ੍ਹਾ ਦੇ ਉੱਤੇ ਤੁਹਾਨੂੰ ਲੈ ਕੇ ਜਾਂਦਾ ਵਾਂ ਔਰ ਉੱਥੇ ਮੈਂ ਤੁਹਾਨੂੰ ਦਿਖਾਉਂਦਾ ਵਾਂ। ਹੁਣ ਮੈਨੂੰ ਯਾਦ ਆਉਂਦਾ ਕਿ ਮੈਂ ਕਿਉਂ ਇੰਨਾ ਜ਼ਿਆਦਾ ਜਿਹੜਾ ਸੀ ਇਹ ਪੰਜਾਬੀ ਸ਼ਾਇਰੀ ਜਿਹੜੀ ਬੇਬੇ ਸੁਰਿੰਦਰ ਕੌਰ ਗਾਉਂਦੀ ਸੀ ਉਹਦਾ ਕਿਉਂ ਮੈਂ ਇੰਨਾ ਜ਼ਿਆਦਾ ਫੈਨ ਸੀ ਕਿ ਸ਼ਿਵ ਕੁਮਾਰ ਬਟਾਲਵੀ ਅਗਰ ਮੇਰੀ ਮਿੱਟੀ ਦਾ ਤਾਂ ਮੈਨੂੰ ਉਹਦੀ ਮਿਠਾਸ ਤਾਂ ਹੀ ਜ਼ਿਆਦਾ ਮੈਨੂੰ ਮਸ਼ਹੂਰ ਮੈਨੂੰ ਜਿਹੜੀ ਸੀ ਮਹਿਸੂਸ ਹੁੰਦੀ ਸੀ ਕਿ ਅੱਜ ਦੀ ਦਿਹਾੜੀ ਡੋਲੀ ਰੱਖ ਲਈ ਮਾਂ ਹੈ ਰਵਾਂ ਬਾਬਲ ਦੀ ਬਣ ਕੇ ਗੋਲੀ ਨੀ ਮਾਂ ਹਰੀਏ ਹਰੀਏ ਕਚੂਰ ਕਣਕੇ ਮੇਰਾ ਵੀ ਰੰਗ ਤੇਰੇ ਵਰਗਾ ਹੋ ਗਿਆ ਹੈ। ਮੈਂ ਕਹਾਂਗਾ ਅਣਮੁੱਲੇ ਖਜ਼ਾਨੇ ਜਿਹੜੇ ਸਨ ਸ਼ਿਵ ਜੀ ਨੇ ਲਿਖੇ ਸਨ ਔਰ ਇੱਥੋਂ ਦੇ ਬੇਸ ਕਰਦੇ ਸਨ ਬੜਾ ਪਿੰਡ ਜਰਪਾਲ ਤੋਂ ਔਰ ਇੱਥੇ ਅੱਜ ਵੀ ਇੱਥੇ ਆਉਣਾ ਕੋਈ ਐਡਾ ਆਸਾਨ ਨਹੀਂ ਹੈ, ਲੇਕਿਨ ਉਹ ਜਦੋਂ 1936 ਦਾ ਦੌਰ ਯਾਦ ਆਏਗਾ ਤਾਂ ਕਿਆ ਬਾਤ ਹੈ। ਮੈਂ ਕਹਾਂਗਾ ਮੇਰੇ ਪੰਜਾਬ ਦੇ ਵਿੱਚ ਅਣਮੁੱਲੇ ਖਜ਼ਾਨੇ ਪਏ ਹੋਏ ਨੇ ਔਰ ਮੈਂ ਬਹੁਤ ਬਹੁਤ ਖੁਸ਼ਕਿਸਮਤ ਹਾਂ ਕਿ ਇਹ ਚੀਜ਼ਾਂ ਜਿਹੜੀਆਂ ਨੇ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਨੇ ਉਹ ਮੇਰੇ ਹੱਥੋਂ ਐਕਸਪਲੋਰ ਹੋਣ ਲਈ ਜਾ ਰਹੀਆਂ ਨੇ ਜਾਂ ਸ਼ਾਇਦ ਕਿਸੇ ਇੱਕ ਨੂੰ ਚੁਣਿਆ ਜਾਂਦਾ ਪੰਜਾਬੀ ਕਲਚਰ ਐਂਡ ਹੈਰੀਟੇਜ ਵਾਸਤੇ, ਸ਼ਾਇਦ ਮੈਂ ਇਸ ਵਾਸਤੇ ਮੈਨੂੰ ਹੀ ਚੁਣਿਆ ਗਿਆ। ਔਰ ਇਹ ਕਾਰ ਦੇ ਅਗਰ ਤੁਸੀਂ ਅੱਜ ਵੀ ਦੇਖੋ ਇਹ ਬਾਲੇ ਲੱਗੇ ਹੋਏ ਉੱਤੇ ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕੀ ਕੁਛ ਯਾਦ ਕਰਾਉਂਦੀਆਂ ਹੋਣਗੀਆਂ ਜਾਣ ਵਾਲਿਆਂ ਦੀਆਂ ਯਾਦਾਂ ਨੂੰ ਲੈ ਕੇ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਅਕਸਰ ਜ਼ਿਕਰ ਕਰਨਾ ਵਾਂ ਇਹ ਦਰਵਾਜ਼ੇ ਜਿਸ ਤਰ੍ਹਾਂ ਇਹ ਦੇਖੋ ਤੁਸੀਂ ਤੁਸੀਂ ਘਰ ਦੇਖ ਰਹੇ ਹੋ ਸ਼ਿਵ ਕੁਮਾਰ ਬਟਾਲਵੀ ਜੀ ਦਾ। ਇਹ ਉਹੀ ਪੱਖੇ ਜਿਹੜੇ ਸਨ ਕੱਪੜੇ ਦੇ ਉਹਨਾਂ ਨੂੰ ਬੰਨ ਕੇ ਅਤੇ ਚੱਲੀ ਮਾਰੀ ਜਾਂਦੀ ਸੀ ਰੋਟੀਆਂ ਰੱਖਣ ਵਾਲਾ ਛਿੱਕਾ ਔਰ ਘਰ ਦੀਆਂ ਸੀੜੀਆਂ। ਗੋਇਆਂ ਵਾਲਾ ਅੰਦਰ ਚੁੱਲ੍ਹਾ ਚੌਕਾ ਬਹੁਤ ਵਧੀਆ ਲੱਗ ਰਿਹਾ ਸ਼ਿਵ ਕੁਮਾਰ ਜੀ ਦੇ ਘਰ ਆ ਕੇ। ਉਹੀ ਲੱਕੜ ਦਾ ਬਾਲਾ ਪਿਆ ਹੋਇਆ ਮੈਨੂੰ ਬਹੁਤ ਵਧੀਆ ਲੱਗ ਰਿਹਾ। ਅੱਜ ਦਿਨ ਚੜਿਆ ਤੇਰੇ ਰੰਗ ਵਰਗਾ।